ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਟਨਫੋਰ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਾਈ ਕੋਰਟ ਨੇ ਪੰਜਾਬੀ ਕੁਆਲੀਫਾਈਇੰਗ ਪੇਪਰ ਦੇ ਸਬੰਧ ਵਿੱਚ ਇੱਕ ਆਰਡਰ ਜਾਰੀ ਕੀਤਾ ਹੈ ਜਿਸ ਦੇ ਸਬੰਧ ਵਿੱਚ ਅਦਾਲਤ ਨੇ ਪੰਜਾਬ ਸਰਕਾਰ ਵੱਲੋਂ ਜਿਹੜਾ 10 ਜੁਲਾਈ ਤੱਕ ਜਵਾਬ ਮੰਗਿਆ ਹੈ ਇਸੇ ਕਰਕੇ ਸਾਰੇ ਸਟੂਡੈਂਟਾਂ ਵਿੱਚ ਇਹ ਟੈਨਸ਼ਨ ਵਧੀ ਪਈ ਹੈ ਕਿ ਹੁਣ ਪੰਜਾਬ ਵਿੱਚ ਇਹਦੇ ਪੇਪਰ ਐ ਉਹ ਜੁਲਾਈ ਤੋਂ ਪਹਿਲਾਂ ਕੋਈ ਪੇਪਰ ਨਹੀਂ ਹੋਵੇਗਾ ਜਿੰਨੇ ਵੀ ਪੀਟਰੀ ਪਲੱਸ ਵੀ ਦੇ ਪੇਪਰ ਸੀਗੇ ਵੀਡੀਓ ਐਕਸਾਈਜ ਇਨਸਪੈਕਟਰ ਫਾਇਰਮੈਨ ਅਤੇ ਚਾਹੇ ਪੰਜਾਬ ਪੁਲਿਸ ਦਾ ਪੇਪਰ ਹੋਵੇ ਕਾਂਸਟੇਬਲ ਤੇ ਸਬ ਇਨਸਪੈਕਟਰ ਦਾ ਜੋ 2023 ਦਾ ਹੋਣਾ ਹੈ ਸਾਰੇ ਪਾਸੇ ਇਹੀ ਚਰਚਾ ਛੜੀ ਹੋਈ ਹੈ ਕਿ ਅਦਾਲਤ ਵੱਲੋਂ ਪੇਪਰ ਲੈਣ ਉੱਤੇ ਰੋਕ ਲਗਾ ਦਿੱਤੀ ਗਈ ਹੈ ਆਪਾਂ ਡਿਟੇਲ ਵਿੱਚ ਡਿਸਕਸ ਕਰਾਂਗੇ ਕਿ ਅਸਲ ਵਿੱਚ ਮੈਟਰ ਕੀ ਹੈ ਜਿਹੜੀ ਰੋਕ ਹੈ ਹਾਈ ਕੋਰਟ ਨੇ ਲਗਾਈ ਹੈ ਜਾਂ ਨਹੀਂ ਲਗਾਈ ਹੈ ਜਿੰਨੇ ਵੀ ਤੁਹਾਡੇ ਆਉਣ ਵਾਲੇ ਪੇਪਰ ਐ ਪੰਜਾਬ ਪੁਲਿਸ ਹੋਵੇ ਚਾਹੇ ਫਾਇਰਮੈਨ ਹੋਵੇ ਚਾਹੇ ਪੀਟਰੀ ਪਲੱਸ ਵੀ ਦੇ ਹੋ ਪੰਜਾਬੀ ਕੁਆਲੀਫਾਈਂਗ ਦਾ ਪੇਪਰ ਦਾ ਕੀ ਬਣੇਗਾ ਸਾਰੇ ਆਪਾਂ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਪੰਜਾਬ ਪੁਲਿਸ ਦੇ ਕਾਂਸਟੇਬਲ ਫਾਇਰਮੈਨ ਅਤੇ ਪੀਟੀਪੀਐਸਬੀ ਦੇ ਕਲਰਕ ਪਟਵਾਰੀ ਅਤੇ ਵੀਡੀਓ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਘਰੇ ਬੈਠ ਕੇ ਹੀ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿੱਚ ਤਿਆਰੀ ਕਰ ਸਕਦੇ ਹੋ ਇਸ ਦੇ ਲਈ ਅਸੀਂ ਤੁਹਾਨੂੰ ਸਾਰੇ ਹੀ ਸਿਲੇਬਸ ਜਿਵੇਂ ਕਿ ਤੁਹਾਡਾ ਮੈਥ ਰੀਜ਼ਨਿੰਗ ਪੰਜਾਬ ਜੀਕੇ ਜੀਕੇ ਗ੍ਰਾਮਰ ਵਗੈਰਾ ਪੰਜਾਬੀ ਤੇ ਇੰਗਲਿਸ਼ ਦੋਨੋਂ ਕੰਪਿਊਟਰ ਤੇ ਹੋਰ ਜਿੰਨਾ ਵੀ ਸਿਲੇਬਸ ਹੈ ਸਾਰੇ ਦੇ ਸਾਰੇ ਸਿਲੇਬਸ ਦੇ ਬੁੱਕਸ ਵੀਡੀਆ ਫੀ ਲਈ ਪੰਜਾਬੀ ਅਤੇ ਅੰਗਰੇਜ਼ੀ ਦੋਨੋ ਹੀ ਭਾਸ਼ਾਵਾਂ ਵਿੱਚ ਤੁਹਾਨੂੰ ਦੇ ਰਹੇ ਹਾਂ ਅਤੇ ਨਾਲ ਨਾਲ ਅਸੀਂ ਉਸ ਦੇ ਸਟੱਡੀ ਐਂਡ ਇਨਫੋ ਦੇ ਪੰਜ ਮੌਕ ਟੈਸਟ ਜਿਹੜੇ ਤੁਹਾਨੂੰ ਪੰਜਾਬੀ ਲੈਂਗੁਏਜ ਵਾਲੇ ਵੀ ਅਤੇ ਪੰਜ ਮੌਕ ਟੈਸਟ ਜਿਹੜਾ ਤੁਹਾਡਾ ਮੇਨ ਪੇਪਰ ਹੋਣਾ ਹੈ ਉਸ ਦੇ ਵੀ ਤੁਹਾਨੂੰ ਦੇ ਰਹੇ ਹਾਂ ਇਸ ਤਰ੍ਹਾਂ ਲਗਭਗ ਪੰਜਾਬ ਦੇ ਸਾਰੇ ਹੀ ਪੇਪਰਾਂ ਦਾ ਸਾਰਾ ਸਿਲੇਬਸ ਤੁਹਾਨੂੰ ਘਰੇ ਬੈਠਿਆਂ ਨੂੰ ਪੰਜਾਬੀ ਤੇ ਅੰਗਰੇਜ਼ੀ ਦੋਨੋ ਹੀ ਭਾਸ਼ਾਵਾਂ ਵਿੱਚ ਮਿਲ ਜਾਵੇਗਾ ਪੀਡੀਫਸ ਮਿਲਣਗੇ ਠੀਕ ਹੈ ਇਸ ਦੇ ਲਈ ਤੁਸੀਂ ਮਿਨੀਮਮ ਜੀ ਕੀਮਤ 249 ਰੁਪਏ ਪੇ ਕਰਨੀ ਹੈ ਕਿ ਮਿਲ ਲੈਣਾ ਹੈ WhatsApp ਕਰਨਾ ਹੈ ਤੁਸੀਂ only WhatsApp 9041815272 ਉੱਤੇ ਉੱਥੇ ਤੁਸੀਂ 249 ਰੁਪਏ ਪੇ ਕਰਨ ਤੋਂ ਬਾਅਦ ਇਸ ਨੰਬਰ ਉੱਤੇ ਸਕਰੀਨਸ਼ਾਟ ਭੇਜ ਦੇਣਾ ਹੈ ਤਾਂ ਉਹਨੂੰ ਨਾਲ ਦੀ ਨਾਲ ਸਾਰੇ ਬੁੱਕਸ ਦੀ PDF ਮਿਲ ਜਾਣਗੇ ਉਸ ਤੋਂ ਬਾਅਦ ਤੁਸੀਂ ਉਹਨਾਂ ਬੁੱਕਸ PDF ਤੋਂ ਆਪਣੀ ਤਿਆਰੀ ਜਿਹੜੀ ਸ਼ੁਰੂ ਕਰਦੇ ਦੇਖੋ ਇੱਥੇ ਮੈਟਰ ਕੀ ਹੈ ETT ਦਾ ਇੱਕ ਜਿਹੜਾ ਪੇਪਰ ਹੋਇਆ ਸੀ ਤੁਹਾਡਾ ਪਿਛਲੇ ਸਾਲ ਪੋਸਟਾ ਨਿਕਲੇ ਸੀ 5994 ਠੀਕ ਹੈ 12 ਅਕਤੂਬਰ ਨੂੰ ਜਿਹੜਾ ETT ਦਾ ਉਹ ਪੇਪਰ ਤੁਹਾਡਾ ਹੋਇਆ ਸੀ ਇਸੇ ਦੇ ਸੰਬੰਧ ਵਿੱਚ ਕੋਈ ਕੈਂਡੀਡੇਟ ਹੈ ਪ੍ਰਵਿੰਦਰ ਸਿੰਘ ਤੇ ਉਸ ਦੇ ਸਾਥੀਆਂ ਨੇ ETT ਦੇ ਪੇਪਰ ਦੇ ਪੰਜਾਬੀ ਕੁਆਲੀਫਾਈਂਗ ਪੇਪਰ ਉੱਤੇ ਇਤਰਾਜ਼ ਜਤਾਇਆ ਸੀ। ਉਹਨਾਂ ਨੇ ਇਹ ਰਿਜ਼ਰਵੇਸ਼ਨ ਨਾਲ ਕੈਟੇਗਰੀ ਨਾਲ ਸੰਬੰਧਿਤ ਕੈਂਡੀਡੇਟ ਹੈ। ਇਹਨਾਂ ਨੇ ਇਹ ਇਤਰਾਜ਼ ਜਤਾਇਆ ਸੀ ਕਿ ਜਿਹੜਾ ETT 'ਚ ਤੁਸੀਂ ਪੇਪਰ ਰੱਖਿਆ ਹੈ 50% ਕੁਆਲੀਫਿਕੇਸ਼ਨ ਉਹ ਜਿਹੜਾ ਰਿਜ਼ਰਵੇਸ਼ਨ ਕੈਟੇਗਰੀ ਹੈ ਉਹਨਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਅਤੇ ਇਹਨਾਂ ਨੇ ਇਹ ਵੀ આરોਪ ਲਗਾਇਆ ਹੈ ਕਿ ਇਹ ਸੰਵਿਧਾਨ ਦੀ ਉਲੰਘਣਾ ਹੈ। ਇਸ ਦੇ ਸੰਬੰਧ ਵਿੱਚ ਜਿਹੜਾ ਕੋਰਟ ਨੇ ਜਿਹੜਾ ਹੁਕਮ ਜਾਰੀ ਕੀਤਾ ਹੈ ਉਹ ਪੰਜਾਬ ਸਰਕਾਰ ਤੋਂ 10 ਜੁਲਾਈ ਤੱਕ ਇਹਦਾ ਹੈ ਜਵਾਬ ਮੰਗਿਆ ਹੈ ਠੀਕ ਹੈ ਪੇਪਰ ਰੱਦ ਕਰਨ ਦੀ ਇੱਥੇ ਕੋਈ ਗੱਲ ਨਹੀਂ ਹੋਈ ਕੋਰਟ ਨੇ ਪੇਪਰ ਕੋਈ ਰੱਦ ਨਹੀਂ ਕੀਤਾ ਕੋਰਟ ਨੇ 10 ਜੁਲਾਈ ਤੱਕ ਇਹਦਾ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਪਰੰਤੂ ਤੁਸੀਂ ਜਦੋਂ ਇਹ ਪੂਰਾ ਸੀਡਬਲਯੂਪੀ ਤੁਹਾਡੇ ਸਕਰੀਨ ਉੱਤੇ ਸ਼ੋਅ ਹੋ ਰਿਹਾ ਹੈ ਜੇਕਰ ਤੁਸੀਂ ਪੂਰਾ ਡਿਟੇਲ ਚ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਜੂਗਾ ਪਰੰਤੂ ਅਦਾਲਤ ਨੇ ਇੱਥੇ ਕਿਹਾ ਹੈ ਕਿ ਕਿਉਂ ਨਾ ਜਿਹੜਾ ਪੰਜਾਬੀ ਕੁਆਲੀਫਾਈਂਗ ਪੇਪਰ ਤੁਸੀਂ ਜਿਹੜਾ ਸੰਸ਼ੋਧਨ ਕੀਤੀ ਹੈ ਇਸ ਨੂੰ ਹੀ ਰੱਦ ਕਰ ਦਿੱਤਾ ਜਾਵੇ ਇਸ ਵਜ੍ਹਾ ਕਰਕੇ ਸਾਰਾ ਰੌਲਾ ਪਿਆ ਹੋਇਆ ਹੈ ਕਿ ਜੇਕਰ ਅਦਾਲਤ ਅਜਿਹਾ ਕੋਈ ਹੁਕਮ ਜਾਰੀ ਕਰ ਦਿੰਦੀ ਹੈ ਕਿੜਾ ਪੰਜਾਬੀ ਲੈਂਗੁਏਜ ਦਾ ਇਹਨਾਂ ਨੇ ਪੇਪਰ 50% ਕੁਆਲੀਫਾਈਂਗ ਦਾ ਰੱਖਿਆ ਹੈ ਜੇ ਅਦਾਲਤ ਉਸ ਨੂੰ ਰੱਦ ਕਰਨ ਦਾ ਹੁਕਮ ਜਾਰੀ ਕਰ ਦਿੰਦੀ ਹੈ ਜਾਂ ਕੁਝ ਵੀ ਐਦਾਂ ਹੋ ਜਾਂਦਾ ਹੈ ਤਾਂ ਜਿੰਨੇ ਵੀ ਪੀਟ੍ਰੀਪੀਐਸਬੀ ਦੇ ਪੇਪਰ ਨੇ ਜਿਨ੍ਹਾਂ ਚ ਪੰਜਾਬੀ ਕੁਆਲੀਫਾਈਂਗ ਪੇਪਰ ਹੋਣਾ ਹੈ ਸਪੈਸ਼ਲੀ ਤੁਹਾਡਾ ਕਲਰਕ ਦਾ ਹੋ ਗਿਆ ਫਾਇਰਮੈਨ ਦਾ ਹੋ ਗਿਆ ਪਟਵਾਰੀ ਦਾ ਹੋ ਗਿਆ ਐਕਸਾਈਜ਼ ਇੰਸਪੈਕਟਰ ਦਾ ਹੋ ਗਿਆ ਉਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਦੋਹੇ ਸਰਵ ਇੰਸਪੈਕਟਰ ਤੇ ਕਨਸਟੇਬਲ ਦੋਨਾਂ ਵਿੱਚ ਪੰਜਾਬੀ ਕੁਆਲੀਫਾਈਂਗ ਹੈ ਉਹ ਦੋਹੇ ਪ੍ਰਭਾਵਿਤ ਜਿਹੜੇ ਹੋਣਗੇ ਇਸੇ ਕਰਕੇ ਸਾਰਾ ਜਿਹੜਾ ਰੌਲਾ ਪਿਆ ਹੈ ਪਰੰਤੂ ਕੋਰਟ ਨੇ ਕੋਈ ਵੀ ਇਦਾਂ ਦਾ ਆਰਡਰ ਨਹੀਂ ਦਿੱਤਾ ਹੈ ਹਲੇ ਤੱਕ ਅ ਕਿ ਪੇਪਰ ਰੱਦ ਕੀਤੇ ਜਾਣ ਪੇਪਰਾਂ ਬਾਰੇ ਕੋਈ ਉਹ ਨਹੀਂ ਹੈ ਸਿਰਫ ਤੇ ਸਿਰਫ ਕੋਰਟ ਨੇ ਇਹ ਕਿਹਾ ਹੈ ਉਹ ਵੀ ਰੱਦ ਨਹੀਂ ਕੀਤਾ ਕਿ ਕਿਉਂ ਨਾ ਅਸੀਂ ਤੁਹਾਡਾ ਪੰਜਾਬੀ ਜਿਹੜਾ ਕੁਆਲੀਫਾਈਂਗ ਦਾ ਜਿਹੜੀ ਤੁਸੀਂ ਸੰਸ਼ੋਧਨ ਕੀਤੀ ਹੈ ਸਰਕਾਰ ਨੇ ਉਹਨੂੰ ਰੱਦ ਕਰ ਦਈਏ ਸਿਰਫ ਇਹ ਕਿਹਾ ਹੈ ਇਸ ਤੋਂ ਇਲਾਵਾ ਇਸ ਦੇ ਬਾਰੇ ਵਿੱਚ ਜਿਹੜਾ ਉਹਨਾਂ ਨੇ ਜਵਾਬ ਹੈ ਉਹ ਜੁਲਾਈ ਤੱਕ ਮੰਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਦੇ ਸਬੰਧ ਵਿੱਚ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਹੈ ਪਰੰਤੂ ਇਹ ਮੁੱਦਾ ਹੁਣ ਇੰਨਾ ਜ਼ਿਆਦਾ ਹਾਈਲਾਈਟ ਹੋ ਚੁੱਕਿਆ ਹੈ ਕਿ ਜੇਕਰ ਅਦਾਲਤ ਵੱਲੋਂ ਕੁਆਲੀਫਾਈਂਗ ਪੇਪਰ ਨਾਲ ਕੋਈ ਛੇੜਛਾੜ ਜਾਂ ਮਤਲਬ ਕਿ ਕੁਝ ਨੂੰ ਰੱਦ ਕਰ ਦਿੱਤਾ ਜਾਵੇ ਜਾਂ ਕੁਝ ਵੀ ਉਸ ਵਿੱਚ ਐਮੈਂਡਮੈਂਟ ਕਰ ਦਿੱਤੀ ਜਾਂਦੀ ਹੈ ਜਾਂ ਉਸ ਸੰਸ਼ੋਧਨ ਜਿਹੜੀ ਕੀਤੀ ਸੀ ਉਸ ਨੂੰ ਹੀ ਰੱਦ ਕਰ ਦਿੱਤੇ ਜਾਂਦਾ ਤਾਂ ਜਿੰਨੇ ਵੀ ਪੇਪਰ ਤੁਹਾਡੇ ਹੋਣੇ ਆ ਸਾਰੇ ਪ੍ਰਭਾਵਿਤ ਹੋਣ ਦੇ ਪੂਰੇ-ਪੂਰੇ ਚਾਂਸ ਹੈ ਪਰੰਤੂ ਇਹ ਨਹੀਂ ਹੈ ਕਿ ਅਦਾਲਤ ਨੇ ਕੋਈ ਰੋਕ ਲਗਾ ਦਿੱਤੀ ਹੈ ਪੇਪਰ ਹੋ ਸਕਦਾ ਹੈ ਪੇਪਰ ਹੋ ਜਾਣ ਜੇਕਰ ਪੇਪਰ ਮੰਨ ਲਓ ਪਹਿਲਾ ਹੋ ਜਾਂਦੇ ਹੈ ਜੁਲਾਈ ਤੋਂ ਠੀਕ ਹੈ ਤਾਂ ਇਸ ਵਿੱਚ ਇਹ ਕੀਤਾ ਜਾ ਸਕਦਾ ਜੇਕਰ ਅਦਾਲਤ ਦੇ ਫੈਸਲੇ ਮੁਤਾਬਕ ਬਾਅਦ ਚੋਂ ਪੰਜਾਬੀ ਵਾਲੇ ਕੁਐਸਚਨ ਜਿਹੜੇ ਤੁਸੀਂ ਪੰਜਾਬੀ ਦੇ ਦੇ ਕੇ ਆਏ ਹੋਗੇ ਉਹਨੂੰ ਕੱਟਿਆ ਜਾ ਸਕਦਾ ਏ ਠੀਕ ਹੈ ਤੇ ਰਿਜ਼ਲਟ ਦੀ ਜਿਹੜੀ ਮਤਲਬ ਕਿ ਵੇਟ ਹੈ ਉਹ ਅਦਾਲਤ ਦੇ ਫੈਸਲੇ ਆਉਣ ਤੱਕ ਕੀਤੀ ਜਾ ਸਕਦੀ ਹੈ ਪਰੰਤੂ ਹੁਣ ਇੱਥੇ ਦੇਖਣਾ ਹੋਵੇਗਾ ਕਿ ਪੀਟ੍ਰੀਪਲੱਸਬੀ ਜਾਂ ਪੰਜਾਬ ਸਰਕਾਰ ਇਸ ਤੇ ਕੀ ਐਕਸ਼ਨ ਲੈਂਦੀ ਹੈ ਆਪਾਂ ਇੱਥੇ ਇਹ ਨਹੀਂ ਕਹਿ ਰਹੇ ਕਿ ਪੇਪਰ ਬਿਲਕੁਲ ਤੁਹਾਡੇ ਰੱਦ ਹੋਣਗੇ ਹੋ ਸਕਦਾ ਹੈ ਪੇਪਰ ਲੈ ਲੈ ਜਾਣ ਹੁਣ ਦੇਖਣਾ ਇਹ ਹੋਵੇਗਾ ਕਿ ਪੀਟ੍ਰੀਪਲੱਸ ਬੀ ਇਸ ਉਤੇ ਕੀ ਐਕਸ਼ਨ ਲੈਂਦੀ ਹੈ ਅਤੇ ਪੰਜਾਬ ਸਰਕਾਰ ਇਸ ਉਤੇ ਕੀ ਐਕਸ਼ਨ ਲੈਂਦੀ ਹੈ ਉਹ ਤੁਹਾਡੇ ਜਿਹੜੇ ਪੇਪਰ ਹੈ ਉਹ ਕੰਡੈਕਟ ਕਰਵਾਉਂਦੇ ਆ ਜਾਂ ਫਿਰ ਹਾਈ ਕੋਰਟ ਦੇ ਆਰਡਰਾਂ ਦੀ ਜਿਹੜੀ ਉਹ ਵੇਟ ਕਰਦੇ ਆ ਬਾਕੀ ਜੋ ਵੀ ਹੋਵੇ ਤੁਸੀਂ ਕਿਸੇ ਨੇ ਵੀ ਡੀਮੋਟੀਵੇਟ ਨਹੀਂ ਹੋਣਾ ਤਿਆਰੀ ਆਪਣੀ ਕਰਦੇ ਰਹੋ ਅੱਜ ਨਹੀਂ ਕੱਲ ਪੇਪਰ ਤੁਹਾਡੇ ਹੋਣੀ ਹੈ ਹੁਣ ਦੇਖਣ ਵਾਲੀ ਗੱਲ ਹੀ ਹੋਵੇਗੀ ਕਿ ਪੰਜਾਬੀ ਕੁਆਲੀਫਾਈਂਗ ਪੇਪਰ ਦਾ ਜਿਹੜਾ ਅਦਾਲਤ ਦੇ ਫੈਸਲੇ ਦਾ ਕੀ ਅਸਰ ਹੁੰਦਾ ਹੈ ਠੀਕ ਹੈ ਬਾਕੀ ਸਾਰੇ ਜਣੇ ਤਿਆਰੀ ਕਰਦੇ ਰਹੋ ਜੋ ਵੀ ਫੈਸਲਾ ਆਵੇਗਾ ਪੇਪਰ ਸਾਰੇ ਜਣੇ ਕਮੈਂਟ ਕਰਕੇ ਦੱਸੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਪੇਪਰ ਹੋਣੇ ਚਾਹੀਦੇ ਹਨ ਜਾਂ ਫਿਰ ਤੁਹਾਨੂੰ ਪੜਨ ਦੇ ਲਈ ਹੋਰ ਸਮਾਂ ਜਿਹੜਾ ਇਸ ਵਿੱਚ ਮਿਲ ਗਿਆ ਤਾਂ ਉਹ ਬਿਹਤਰ ਹੋਵੇਗਾ ਬਾਕੀ ਸਾਰੇ ਪੇਪਲਾਂ ਦੀ ਤਿਆਰੀ ਆਪਣੇ ਚੈਨਲ ਉੱਤੇ ਚੱਲਦੀ ਹੈ ਲਗਾਤਾਰ ਤਿਆਰੀ ਕਰਦੇ ਰਹੋ ਧੰਨਵਾਦ